ਫਿਰੋਜ਼ਪੁਰ ਦੇ ਵਿੱਚ ਵੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਅਤੇ ਹੋਰ ਜਥੇਬੰਦੀਆਂ ਦੇ ਵੱਲੋਂ 12 ਵਜੇ ਤੋਂ ਲੈ ਕੇ 4 ਵਜੇ ਤੱਕ ਰੇਲਵੇ ਟਰੈਕ ਜਾਮ ਕਰ ਦਿੱਤਾ ਹੈ। ਪਹਿਲਾਂ ਹੀ ਐਲਾਨ ਕੀਤਾ ਹੈਗਾ ਸੀਗਾ ਕਿ 12 ਵਜੇ ਤੋਂ ਲੈ ਕੇ 4 ਵਜੇ ਤੱਕ ਰੇਲਵੇ ਟਰੈਕ ਜਾਮ ਕੀਤੇ ਜਾਣਗੇ। ਕਿਸਾਨੀ ਮੰਗਾਂ ਹੈਗੀਆਂ, MSP ਦੀ ਗਰੰਟੀ, ਹੋਰ ਫਸਲਾਂ 'ਤੇ MSP ਮਿਲੇ, ਤਾਂ ਇਸੇ ਨੂੰ ਲੈ ਕੇ ਜਿਹੜਾ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ, ਧਰਨਾ ਲਗਾ ਦਿੱਤਾ, ਰੇਲਵੇ ਟਰੈਕ ਜਾਮ ਕਰ ਦਿੱਤੇ ਆ, ਵੱਖ ਵੱਖ ਰੇਲਵੇ ਟਰੈਕ ਜਾਮ ਕੀਤੇ ਆ। ਤਸਵੀਰ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਹੈਗੇ ਆ, ਫਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ਦੀ ਇਹ ਤਸਵੀਰ ਹੈਗੀ ਆ, ਜਿੱਥੇ ਕਿਸਾਨ ਰੇਲਵੇ ਟਰੈਕ ਦੇ ਉੱਪਰ ਬੈਠੇ ਹੋਏ ਨੇ, ਆਪਣੇ ਹੱਥਾਂ ਦੇ ਵਿੱਚ ਕਿਸਾਨੀ ਝੰਡੇ ਫੜੇ ਹੋਏ ਆ, ਔਰ ਪਿੱਛੇ ਗੱਡੀਆਂ ਜਿਹੜੀਆਂ ਨੇ ਰੇਲਵੇ ਸਟੇਸ਼ਨ ਦੇ ਉਹ ਖੜੀਆਂ ਹੋਈਆਂ, ਔਰ ਵੱਡੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਇਕੱਠੇ ਹੋਏ ਨੇ। ਤਾਂ ਸਾਡੇ ਨਾਲ ਜੱਸਾ ਸਿੰਘ ਮਾਛੀਵਾਲਾ ਵੀ ਮੌਜੂਦ ਨੇ, ਗੱਲਬਾਤ ਕਰਾਂਗੇ। ਜੱਸਾ ਸਿੰਘ, ਅੱਜ ਇੱਥੇ ਤੁਸੀਂ ਰੋਸ ਪ੍ਰਦਰਸ਼ਨ ਕਰ ਰਹੇ ਹੋ, ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਹੈਗਾ ਰੇਲਵੇ ਟਰੈਕ ਜਿਹੜਾ ਜਾਮ ਕੀਤਾ? ਇਹ ਜੀ, ਸਾਡੀ ਜਿਹੜੀ ਜਥੇਬੰਦੀ ਆ, ਗੈਰ ਰਾਜਨੀਤਿਕ ਸੰਯੁਕਤ ਮੋਰਚੇ ਦੀ ਕਾਲ ਸੀਗੀ, ਜਿਹਦੇ ਤੋਂ ਪੰਜਾਬ ਤੋਂ 18 ਜਥੇਬੰਦੀਆਂ ਦਾ ਜਿਹੜਾ ਧਰਨਾ ਲੱਗਿਆ ਹੋਇਆ, ਪੂਰੇ ਇੰਡੀਆ ਤੋਂ 250 ਜਥੇਬੰਦੀ ਹੈ। ਇਹ ਜੀ ਕਾਲ ਸੀਗੀ, 12 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜੀਆਂ ਰੇਲਾਂ ਰੋਕੀਆਂ ਜਾਣੀਆਂ, ਰੇਲਵੇ ਟਰੈਕ 'ਤੇ ਟ੍ਰੇਨ ਕੋਈ ਵੀ ਚੱਲਣ ਨਹੀਂ ਦੇਣੀ, ਇਹ ਸਾਡੇ ਆਗੂਆਂ ਦੀ ਕਾਲ ਸੀ, ਇਸ ਲਈ ਵੀਰ ਮੇਰੇ ਅਸੀਂ ਇੱਥੇ ਬੈਠੇ ਹਾਂ। ਕਿਸਾਨੀ ਸੰਘਰਸ਼ ਦੇ ਵਿੱਚ ਤੁਹਾਡੇ ਵੀ ਪਿੱਛੇ ਕਾਫੀ ਸ਼ਰੇ ਜਿਹੜੇ ਆ ਉਹ ਵੱਜੇ ਹੈਗੇ ਸੀਗੇ, ਤੁਸੀਂ ਕਾਫੀ ਦੇਰ ਉੱਥੇ ਰਹੇ ਹੈਗੇ ਹੋ, ਤਾਂ ਉਸ ਵੇਲੇ ਕੀ ਮਾਹੌਲ ਹੈਗਾ ਸੀਗਾ ਉੱਥੇ? ਦੇਖੋ ਜੀ, ਉਹ ਤੁਸੀਂ ਆਪਣੇ ਵੀਡੀਓ ਦੇਖੀਆਂ ਹੋਣੀਆਂ, ਸ਼ਾਂਤਮਈ ਤਰੀਕੇ ਨਾਲ ਬੈਠੇ, ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਜੋ ਸਿੱਖ ਧਰਮ 'ਚ ਹੁੰਦਾ ਆ, ਉਹਨਾਂ ਦੇ ਸ਼ਾਂਤਮਈ ਤਰੀਕੇ ਨਾਲ ਬੈਠਿਆਂ ਦੇ ਉੱਪਰ ਪਾਣੀ ਦੀਆਂ ਵਿਛਾੜਾਂ ਅਤੇ ਜਿਹੜੀਆਂ ਗੋਲੀਆਂ 12 ਬੋਰ ਦੇ ਕੱਚੇ ਰੌਂਦ ਮਾਰੇ ਗਏ, ਆਸੂ ਕਹਿੰਦੇ ਗੋਲੀਆਂ ਛੱਡੀਆਂ ਗਈਆਂ, ਗੋਲੀਆਂ ਜਿਹੜੀਆਂ ਮਾਰੀਆਂ ਗਈਆਂ, ਬਹੁਤ ਤਾਨਾਸ਼ਾਹੀ ਜਿਹੜੀ ਸਰਕਾਰ ਧੱਕਾ ਕਰ ਰਹੀ ਹੈ, ਬਹੁਤ ਅੱਤਿਆਚਾਰ ਹੋ ਰਿਹਾ ਕਿਸਾਨਾਂ ਦੇ ਉੱਪਰ। ਪਰ ਪਿਛਲੀ ਵਾਰੀ 1 ਸਾਲ ਤੋਂ ਉੱਪਰ ਕਿਸਾਨਾਂ ਨੇ ਸੰਘਰਸ਼ ਕੀਤਾ ਸੀਗਾ, ਕਿਸੇ ਵੀ ਪ੍ਰੋਪਰਟੀ, ਕਿਸੇ ਵੀ ਸਰਕਾਰੀ ਮੁਲਾਜ਼ਮ ਨੂੰ ਨੁਕਸਾਨ ਨਹੀਂ ਪਹੁੰਚਾਇਆ ਸੀ। ਇਸ ਵਾਰ ਵੀ ਆਗੂਆਂ ਦੀ ਅਕਾਲ ਹੈ, ਚਾਹੇ ਸਰਕਾਰ ਜਿੰਨਾ ਮਰਜ਼ੀ ਤਸ਼ੱਦਦ ਕਿਸਾਨਾਂ ਦੇ ਟਾਲੇ, ਪਰ ਅਸੀਂ ਨਾ ਤਾਂ ਕਾਨੂੰਨ ਨੂੰ ਹੱਥ 'ਚ ਲੈਣਾ, ਨਾ ਕੋਈ ਪ੍ਰੋਪਰਟੀ ਨੁਕਸਾਨ ਪਹੁੰਚਾਉਣਾ। ਮੰਗਾਂ ਸਾਡੀਆਂ ਵੇਖੋ ਜੀ, ਜੋ ਪਿਛਲੀ ਵਾਰੀ ਇਹੀ ਮੋਦੀ ਨੇ 2021 ਵਿੱਚ ਕਿਹਾ ਸੀਗਾ ਕਿ ਮੇਰੇ ਕੋਲ, ਮੈਂ ਮਾਫ਼ੀ ਚਾਹੁੰਦਾ, ਕਿਸਾਨਾਂ ਨੂੰ ਭਰੋਸੇ 'ਚ ਨਹੀਂ ਲੈ ਸਕਿਆ, ਮੈਂ ਕਾਨੂੰਨ ਵਾਪਸ ਲੈਂਦਾ, ਅਤੇ ਮਤਲਬ ਕਿ ਉਹੀ ਮੰਗਾਂ ਜਿਹੜੀਆਂ ਇਹਨਾਂ ਨੇ ਮੰਨੀਆਂ ਸੀਗੀਆਂ, ਅਸੀਂ ਤਾਂ ਚਾਹੁੰਦੇ ਉਹੀ ਮੰਗਾਂ ਜਿਹੜੀਆਂ ਉਹ ਲਾਗੂ ਕਰਨ, ਸਾਡੀ ਕੋਈ ਨਵੀਂ ਮੰਗ ਨਹੀਂ ਹੈਗੀ। ਬਿਲਕੁਲ, ਸਾਡੇ ਨਾਲ ਜੀ ਵੀ ਮੌਜੂਦ ਨੇ, ਪ੍ਰਧਾਨ ਜੀ ਵੀ ਮੌਜੂਦ ਨੇ, ਮੰਗਾਂ ਕੀ ਹੈਗੀਆਂ ਮੇਨ? ਮੇਨ ਮੰਗਾਂ ਜਿਹੜੀਆਂ ਸਾਡੀਆਂ ਦਿੱਲੀ ਤੋਂ ਪਹਿਲੇ ਅੰਦੋਲਨ ਆ, ਜਿਹੜੀਆਂ ਮੰਨੀਆਂ ਸਰਕਾਰ ਨੇ ਉਹੀ ਆ, ਨਾਲ ਇੱਕ ਹੋਰ ਜੋੜੀ ਆ ਵੀ ਜਿਹੜਾ ਕਰਜ਼ਾ ਚੜਿਆ ਟੋਟਲ ਕਿਸਾਨਾਂ ਮਜ਼ਦੂਰਾਂ 'ਤੇ, ਉਹ ਇਹਨਾਂ ਦੀ ਵਜ੍ਹਾ ਦਾ ਕਾਰਨ ਚੜਿਆ, MSP ਦੇ ਗਰੰਟੀ ਕਾਨੂੰਨ ਨਹੀਂ ਮਿਲਿਆ ਤਾਂ ਚੜਿਆ, ਉਹਦੇ 'ਤੇ ਲਕੀਰ ਮਰਾਉਂਦੇ। ਇਹ ਮੰਗਾਂ ਪਿਛਲੀਆਂ ਹੀ ਉਹੀ ਲਾਗੂ ਕਰਾਉਣ ਵਾਸਤੇ ਦਿੱਲੀ ਵੱਲ ਨੂੰ ਗਏ ਆ। ਇਹ 12 ਵਜੇ ਤੋਂ ਲੈ ਕੇ 4 ਵਜੇ ਤੱਕ ਹੀ ਹੈ, ਇਸ ਦੇ ਨਾਲ ਤਾਂ ਆਮ ਲੋਕਾਂ ਨੂੰ ਵੀ ਕਾਫੀ ਪਰੇਸ਼ਾਨੀ ਹੋ ਰਹੀ ਹੈ। ਵੇਖੋ, ਠੀਕ ਆ, ਉਹ ਆਮ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਆ, ਪਰ ਸਾਡਾ ਤੇ ਜੋ ਸਾਨੂੰ ਪਰੇਸ਼ਾਨੀ ਇਸ ਟਾਈਮ ਕੇਂਦਰ ਸਰਕਾਰ ਨੇ ਦਿੱਤੀ ਹੈ ਨਾ, ਉਹਦੇ ਨਾਲੋਂ ਬਹੁਤ, ਮਤਲਬ ਸਾਡੇ ਵਾਸਤੇ ਬਹੁਤ ਸਮਾਂ ਜਿਹੜਾ ਮਾੜਾ ਵਾ। ਵੇਖੋ, ਅਸੀਂ ਤਾਂ ਆਪਣੀਆਂ ਮੰਗਾਂ ਲੈ ਕੇ ਦਿੱਲੀ ਨੂੰ ਜਾ ਰਹੇ ਸੀਗੇ, ਅਤੇ ਦਿੱਲੀ ਨੂੰ ਜਾ ਕੇ ਅਸੀਂ ਆਪਣਾ ਜਿਹੜੀ ਮੰਗ ਦੇ ਰੱਖਣੀ ਉੱਥੇ, ਪਰ ਸਾਨੂੰ ਇਹਨਾਂ ਰੋਕਾਂ ਲਾ ਕੇ ਰੋਕ ਲਿਆ। ਹਰਿਆਣਾ ਬਾਰਡਰ ਜਿਹੜਾ ਸੀਗਾ, ਇਹਨਾਂ ਨੇ ਪਾਕਿਸਤਾਨ ਵਾਲਾ ਬਾਰਡਰ ਬਣਾ ਤਾ, ਅੱਗੇ ਜਾਣ ਨਹੀਂ ਦਿੱਤਾ, ਸੈਂਕੜੇ ਕਿਸਾਨ ਜ਼ਖਮੀ ਕਰਤੇ ਆ, ਸ਼ੁਭਕਰਨ ਸਿੰਘ ਦੀ ਗੋਲੀ ਮਾਰ ਕੇ ਮੌਤ ਕਰਤੀ ਆ, ਕਈ ਕਿਸਾਨ ਜਿਹੜੇ ਇਹਨਾਂ ਨੇ ਕੁੱਟ ਕੁੱਟ ਕੇ ਬੋਰੀਆਂ 'ਚ ਪਾ ਕੇ ਹੁਣ ਉਹ PGI ਦੇ ਵਿੱਚ ਪਏ ਆ, ਬੁਰੀ ਹਾਲਤ ਉਹਨਾਂ ਦੀ ਆ, ਅਤੇ ਉਹਦੇ ਵਿੱਚੋਂ ਫਿਰ ਅਸੀਂ ਆਪਣਾ ਰੋਸ ਪ੍ਰਦਰਸ਼ਨ ਤਾਂ ਕਰਨਾ ਹੀ ਆ, ਆਪਣੇ ਅਸੀਂ ਪ੍ਰੋਗਰਾਮ ਕੱਢੇ ਸੀਗੇ। ਅੱਜ ਜਿਹੜਾ ਵਾ ਪੂਰੇ ਭਾਰਤ ਦੇ ਵਿੱਚ
12 ਵਜੇ ਤੋਂ ਲੈ ਕੇ 4 ਵਜੇ ਜਿਹੜਾ ਰੇਲ ਦਾ ਅੰਦੋਲਨ ਰੋਕੋ ਆ, ਇੱਕ ਕੇਂਦਰ ਸਰਕਾਰ ਨੂੰ ਸੁਨੇਹਾ ਵਾ। ਸ਼ਾਇਦ ਕੇਂਦਰ ਸਰਕਾਰ ਅਜੇ ਉੱਥੇ ਸਾਨੂੰ ਲੋਲੀਪੋਪ ਦੇ ਰਹੀ ਆ ਕਿ 5 ਫਸਲਾਂ ਦੇ ਉੱਤੇ ਤੁਹਾਨੂੰ MSP 5 ਸਾਲ ਵਾਸਤੇ ਦੇ ਦਿੰਦੇ ਆ, ਉਹ ਕਨੈਕਟ ਬੇਸਿੰਗ ਦੇ ਉੱਤੇ, ਪਰ ਸਾਨੂੰ ਉਹਦੇ ਨਾਲ ਨਹੀਂ ਜਾ ਸਕਦਾ। 5 ਫਸਲਾਂ ਦੇ ਨਾਲ ਸਾਡੀਆਂ 23 ਫਸਲਾਂ ਵਾ, 23 ਫਸਲਾਂ ਦੀ ਸਾਡੀ ਮੰਗ ਹੈ 23 ਫਸਲਾਂ ਸਾਨੂੰ ਦਿੱਤੀ ਜਾਵੇ। ਪਿਛਲੇ ਸਮੇਂ 'ਚ ਵੀ ਜੋ ਸਾਨੂੰ ਬਾਕੀ ਫਸਲਾਂ 'ਤੇ MSP ਮਿਲਦੀ ਸੀ ਕਣਕ ਝੋਨੇ ਤੋਂ ਇਲਾਵਾ, ਪਰ ਉਹ ਸਰਕਾਰ ਖਰੀਦਦੀ ਨਹੀਂ, ਉਹਦੇ 'ਚ 14 ਲੱਖ ਕਰੋੜ ਰੁਪਈਏ ਦਾ ਸਾਨੂੰ ਘਾਟਾ ਪਿਆ ਪਹਿਲਾਂ ਹੀ, ਅਤੇ ਇਸ ਕਰਕੇ ਸਾਨੂੰ ਬਹੁਤ ਜਿਹੜਾ ਕਿਸਾਨ ਦਾ ਜਿਹੜਾ ਵਾ ਕਰਜ਼ਾ ਸਿਰ 'ਤੇ ਚੜ੍ਹਨਾ ਜਾਂ ਮਤਲਬ ਉਹਦੀਆਂ ਇੰਨੀਆਂ ਮੁਸ਼ਕਲਾਂ ਵਾ ਜਾਂ ਖੁਦਕੁਸ਼ੀਆਂ ਕਰ ਰਿਹਾ, ਇਸੇ ਕਾਰਨ ਆ ਕਿ ਸਰਕਾਰ ਜਿਹੜੀ ਆ ਵਿਸ਼ਵ ਵਪਾਰ ਸੰਸਥਾ ਔਰ ਵਰਲਡ ਬੈਂਕ ਅਤੇ ਮੁਦਰਾ ਫੰਡ ਦੇ ਨੀਤੀਆਂ ਦੇ ਤਹਿਤ ਜਿਹੜਾ ਵਾ ਉਸ ਤੋਂ ਸਮਝੌਤੇ 'ਚੋਂ ਬਾਹਰ ਨਹੀਂ ਆ ਰਹੀ, ਅਤੇ ਜਿਹੜੀ MSP ਸਾਨੂੰ ਦੇਣੀ ਉਹਦੇ ਵਾਸਤੇ ਮੁਸ਼ਕਲ ਆ। ਦੇਖਿਆ ਜਾਵੇ ਤਾਂ ਮਸਲਾ ਤਾਂ ਟੇਬਲ ਟੋਕ 'ਤੇ ਹੋਏਗਾ, ਮਸਲਾ ਤਾਂ ਗੱਲਬਾਤ ਨਾਲ ਨਿਕਲੇਗਾ, ਕਿਸੇ ਨਾ ਕਿਸੇ ਪਾਸੇ ਤਾਂ ਆ ਕੇ ਹੱਲ ਕਰਨਾ ਪਏਗਾ। ਦੇਖੋ, ਅਸੀਂ ਟੇਬਲ ਟੋਕ ਤੋਂ ਕਦੀ ਨਹੀਂ ਭੱਜੇ, ਸਰਕਾਰ ਜਦੋਂ ਵੀ ਸਾਨੂੰ ਟਾਈਮ ਦਿੰਦੀ ਆ ਅਸੀਂ ਗੱਲਬਾਤ ਕਰਦੇ ਹਾਂ। ਗੱਲਬਾਤ ਦੇ ਵਿੱਚ ਜਿਹੜੀ ਆ ਗੱਲਬਾਤ ਅੱਗੇ ਵੀ ਤੁਰਨੀ ਚਾਹੀਦੀ। ਪੰਜ ਜਦੋਂ ਹੁਣ ਸਾਡੀ ਇੱਕ ਲਾਸਟ ਮੀਟਿੰਗ ਹੋਈ ਆ, ਉਹ ਤੋਂ ਬਾਅਦ ਅਸੀਂ ਜਿਹੜਾ ਉਹਨਾਂ ਨੇ ਪ੍ਰਸਤਾਵ ਲੈ ਕੇ ਆਉਂਦਾ ਸੀ 5 ਫਸਲਾਂ ਦੀ MSP ਦਾ, ਅਸੀਂ ਉਹਨੂੰ ਰਿਜੈਕਟ ਕਰਤਾ ਸੀਗਾ। ਪਰ ਉਹ ਤੋਂ ਬਾਅਦ ਸਰਕਾਰ ਨੂੰ ਚਾਹੀਦਾ ਸੀ ਕਿ ਹੋਰ ਕਦਮ ਅੱਗੇ ਵਧਾਉਂਦੀ, ਕਿਤੇ ਨਾ ਕਿਤੇ ਗੱਲਬਾਤ ਜਿਹੜੀ ਕਿਤੇ ਨਾ ਕਿਤੇ ਆਉਂਦੀ, ਪਰ ਉੱਥੋਂ ਵਾਪਸ ਚੱਲ ਗਈ ਆ। ਸ਼ਾਇਦ ਉਹਨਾਂ ਨੂੰ ਇਹ ਆ ਵੀ ਅੱਗੇ ਚੋਣ ਜਾਬਤਾ ਲੱਗ ਜਾਣਾ, ਇਹਨਾਂ ਨੂੰ ਜਿਹੜਾ ਉੱਠ ਕੇ ਘਰਾਂ ਨੂੰ ਚੱਲ ਜਾਣਗੇ। ਅਸੀਂ ਕਹਿ ਦਿੰਦੇ ਹਾਂ ਕਿ ਜਿੰਨਾ ਚਿਰ ਸਾਡੀਆਂ ਮੰਗਾਂ ਦੇ ਉੱਤੇ ਕੋਈ ਹੱਲ ਨਹੀਂ ਹੁੰਦਾ, ਚਾਹੇ ਹੁਣ ਆ ਚਾਹੇ ਚੋਣ ਜਾਬਤਾ ਹੋਵੇ, ਸਾਡਾ ਸੰਘਰਸ਼ ਜਾਰੀ ਰਹੂਗਾ, ਆਖਰੀ ਦਮ ਤੱਕ ਰਹੂਗਾ, ਲੜਾਂਗੇ ਅਤੇ ਲੜ ਕੇ ਜਿਹੜਾ ਵਾ ਇਹ ਮੰਗਾਂ ਆਪਣੀਆਂ ਹੀ ਪੂਰੀਆਂ ਕਰਾਂਗੇ। ਬਿਲਕੁਲ, ਕਿਸਾਨਾਂ ਦਾ ਕਹਿਣਾ ਹੈਗਾ ਕਿ ਉਹ ਆਖਰੀ ਦਮ ਤੱਕ ਇਹ ਸੰਘਰਸ਼ ਕਰਦੇ ਰਹਿਣਗੇ, ਕੇਂਦਰ ਸਰਕਾਰ ਮੰਨੀਆਂ ਹੋਈਆਂ ਮੰਗਾਂ ਲਾਗੂ ਕਰੇ, ਤਾਂ ਜੇਕਰ ਕਿਸਾਨਾਂ ਦੀਆਂ ਮੰਗਾਂ ਵੱਲ ਕੇਂਦਰ ਸਰਕਾਰ ਧਿਆਨ ਨਹੀਂ ਦੇਗੀ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਏਗਾ। ਤਾਂ 12 ਵਜੇ ਤੋਂ ਲੈ ਕੇ 4 ਵਜੇ ਤੱਕ ਰੇਲਵੇ ਸਟੇਸ਼ਨਾਂ ਦੇ ਉੱਪਰ, ਰੇਲਵੇ ਟਰੈਕਾਂ ਦੇ ਉੱਪਰ ਅੱਜ ਕਿਸਾਨਾਂ ਦੇ ਵੱਲੋਂ ਰੇਲਵੇ ਟਰੈਕ ਜਾਮ ਕੀਤੇ ਗਏ ਹੈਗੇ ਨੇ, ਤਾਂ ਕਈ ਟ੍ਰੇਨਾਂ ਪ੍ਰਭਾਵਿਤ ਵੀ ਹੋਈਆਂ ਨੇ। ਕੈਮਰਾ ਪਰਸਨ ਉਹੀ ਦੇ ਨਾਲ ਸਨੀ ਚੋਪੜਾ, ਜਗਬਾਣੀ ਟੀਵੀ, ਫਿਰੋਜ਼ਪੁਰ। ਤਾਂ ਇਸ ਟਾਈਮ ਤਾਂ ਕਿਸਾਨਾਂ ਨੇ ਧਰਨਾ ਲਾਇਆ ਹੋਇਆ, ਰੇਲਵੇ ਟਰੈਕ ਜਾਮ ਕੀਤੇ ਹੋਏ ਆ, ਤਾਂ ਕਿੰਨੀ ਕੁ ਪਰੇਸ਼ਾਨੀ ਹੁੰਦੀ ਹੈ? ਪਰੇਸ਼ਾਨੀ ਵੀ ਹੈ ਤੇ ਤਕਲੀਫ ਵੀ ਹੈਗੀ ਵੀ ਜੇ ਮੋਦੀ ਮੰਨ ਲਵੇ ਕਿਸਾਨਾਂ ਦਾ ਕਹਿਣਾ, ਮੰਗਾਂ ਮੰਨ ਲੈਣ ਕਿਸਾਨਾਂ ਦੀਆਂ, ਤੇ ਨਾ ਪਰੇਸ਼ਾਨੀ ਹੋਵੇ ਨਾ ਕਿਸੇ ਨੂੰ ਤਕਲੀਫ ਹੋਵੇ ਆਉਣ ਜਾਣ ਦੀ, ਨਾ ਹੀ ਧਰਨੇ ਲੱਗਣਗੇ ਨਾ ਕੋਈ ਪ੍ਰੋਬਲਮ ਆਏਗੀ ਕਿਸੇ ਨੂੰ ਵੀ, ਜੇ ਉਤੋਂ ਪੰਜਾਬ ਸਰਕਾਰ ਮੰਨ ਲਵੇ ਕਿਸਾਨਾਂ ਦਾ ਮੰਗਾਂ। ਕੀ ਨਾਮ ਹੈ ਮੈਡਮ ਤੁਹਾਡਾ? ਹਾਂਜੀ।